ਗੁਰੂ ਕੀ ਸਾਜੀ ਨਿਵਾਜੀ, ਗੁਰੂ ਰੂਪ, ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਆਪਾਂ ਕੁਝ ਸ਼ੰਕੇ, ਕੁਝ ਸਾਡੇ ਮਨਾਂ ਦੇ ਵਿੱਚ ਭੁਲੇਖੇ ਜੋ ਕਿ ਪੰਥ ਦੇ ਵਿਰੋਧੀਆਂ ਵੱਲੋਂ ਪਾਏ ਗਏ ਨੇ, ਉਹਨਾਂ ਬਾਰੇ ਵਿਚਾਰ ਕਰਨੀ ਹੈ। ਕਿਉਂਕਿ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਖਾਲਸੇ ਪੰਥ ਦੀ ਸਾਜਨਾ ਕਰਨ ਸਮੇਂ ਪੰਜ ਪਿਆਰੇ ਸਾਹਿਬਾਨ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ, ਜਿਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਪਣਾ ਸੀਸ ਭੇਂਟ ਦਿੱਤਾ, ਮਹਾਰਾਜ ਨੇ ਉਹਨਾਂ ਦੇ ਸੀਸ ਭੇਟਾ ਦੇ ਵਿੱਚ ਲਏ ਅਤੇ ਉਹਨਾਂ ਨੂੰ ਫਿਰ ਦੁਬਾਰਾ ਸੁਰਜੀਤ ਕੀਤਾ। ਇਹਦੇ ਵਿੱਚ ਦੂਸਰੀ ਰਾਏ ਕੋਈ ਨਹੀਂ, ਇਹ ਸੱਚ ਹੈ। ਪਰ ਕੁਝ ਸ਼ੰਕਾਵਾਦੀ ਗੁੰਮਰਾਹ ਕਰਨ ਵਾਸਤੇ ਲੋਕ ਝੂਠ ਜਵਾਬਾਂ ਘੜਤ ਵਿਚਾਰਾਂ ਬਣਾਉਂਦੇ ਨੇ, ਉਹਨਾਂ ਗੱਲਾਂ ਦਾ ਜਵਾਬ ਇਸ ਵੀਡੀਓ ਦੇ ਵਿੱਚ ਆਪ ਜੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦਾ ਸਦਕਾ ਜਿੰਨੀ ਕੁ ਮਹਾਰਾਜ ਨੇ ਬੁੱਧੀ ਬਖਸ਼ਿਸ਼ ਕੀਤੀ ਹੈ, ਗੁਰਬਾਣੀ ਅਤੇ ਇਤਿਹਾਸ ਦੀ ਵਿਚਾਰ ਦੇ ਨਾਲ ਆਪ ਜੀ ਨੂੰ ਦੇਵਾਂਗੇ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਸੇਵਾ ਲੈ ਲੈਣ। ਆਓ ਸਿੱਧੀ ਆਪਾਂ ਵਿਚਾਰ 'ਤੇ, ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਦੀ ਗੱਲ ਕਰਨੀ ਹੈ ਉਸ 'ਤੇ ਚੱਲੀ। ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਹੈ, ਵੱਡੀ ਗਿਣਤੀ ਦੇ ਵਿੱਚ ਵਿਸਾਖੀ ਦੇ ਦਿਹਾੜੇ 'ਤੇ ਇਕੱਠ ਹੋਇਆ ਹੈ। ਪਹਿਲਾਂ ਤੋਂ ਗੁਰੂ ਸਾਹਿਬਾਨਾਂ ਦੇ ਸਮੇਂ ਤੋਂ ਹੀ ਵਿਸਾਖੀ ਦੇ ਦਿਹਾੜੇ 'ਤੇ ਵੱਡੇ ਇਕੱਠ ਹੁੰਦੇ ਰਹੇ ਨੇ ਅਤੇ ਗੁਰਮਤਿ ਦੇ ਪ੍ਰਚਾਰ ਵਾਸਤੇ ਇਸ ਇਕੱਠ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ, ਧਾਰਮਿਕ ਫੈਸਲੇ ਲੈਣੇ, ਗੁਰਮਤਿ ਦਾ ਪ੍ਰਚਾਰ ਕਰਨਾ। ਸੋ ਇਸੇ ਤਰ੍ਹਾਂ ਸਤਿਗੁਰੂ ਗੁਰੂ ਕਲਗੀਧਰ ਸਾਹਿਬ ਜੀ ਮਹਾਰਾਜ ਜੀ ਨੇ ਵਿਸਾਖੀ ਦੇ ਦਿਹਾੜੇ 'ਤੇ ਵੱਡਾ ਇੱਕ ਫੈਸਲਾ ਲਿਆ ਹੈ। ਗੁਰੂ ਸਾਹਿਬ ਜੀ ਮਹਾਰਾਜ, ਜੋ ਕਿ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੇ ਵਿੱਚੋਂ ਦੀ ਲੰਘ ਕਰਕੇ ਉਸ ਜਗ੍ਹਾ 'ਤੇ ਗਏ ਨੇ ਜਿੱਥੇ ਗੁਰੂ ਸਾਹਿਬ ਜੀ ਮਹਾਰਾਜ ਨੇ ਸੰਗਤਾਂ ਨੂੰ ਸੰਬੋਧਨ ਕਰਨਾ ਹੈ, ਤੰਬੂ ਲਗਾਏ ਗਏ ਨੇ, ਤੰਬੂ ਲੱਗੇ ਨੇ ਉੱਥੇ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਸੰਗਤਾਂ ਨਿਹਾਲ ਹੋ ਰਹੀਆਂ ਨੇ। ਇੱਕਦਮ ਗੁਰੂ ਸਾਹਿਬ ਜੀ ਵੱਲ ਸੰਗਤਾਂ ਨੇ ਨਿਗਾਹ ਕੀਤੀ ਹੈ, ਬਚਨ ਸੁਣਨ ਵਾਸਤੇ ਉਤਾਵਲੀਆਂ ਨੇ ਕਿ ਗੁਰੂ ਸਾਹਿਬ ਜੀ ਮਹਾਰਾਜ ਸਾਨੂੰ ਕੋਈ ਬਚਨ ਦੱਸਣ, ਅਤੇ ਆਪਾਂ ਸਤਿਗੁਰਾਂ ਦੇ ਬਚਨ ਸੁਣ ਕੇ ਨਿਹਾਲ ਹੋਈਏ। ਪਰ ਗੁਰੂ ਸਾਹਿਬ ਜੀ ਮਹਾਰਾਜ ਨੇ ਜਿਸ ਵੇਲੇ ਬਚਨ ਕੀਤਾ, ਸਾਰੀ ਹੀ ਸੰਗਤ ਦੇ ਵਿੱਚ ਸੰਨਾਟਾ ਛਾ ਗਿਆ, ਚੁੱਪ ਕਰ ਗਏ ਸਾਰੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਨੂੰ ਸੁਣ ਕੇ ਸਾਰਿਆਂ ਨੇ ਅੱਖਾਂ ਨੀਵੀਆਂ ਪਾ ਲਈਆਂ, ਕਿਉਂਕਿ ਅੱਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਬਚਨ ਕੀਤਾ ਕਿ ਕੋਈ ਐਸਾ ਸੂਰਮਾ ਹੈ ਇਸ ਭੀੜ ਦੇ ਵਿੱਚ ਜਿਹੜਾ ਆਪਣਾ ਸੀਸ ਸਾਨੂੰ ਭੇਟਾ ਦੇ ਵਿੱਚ ਦੇ ਦੇਵੇ, ਸੀਸ ਦੀ ਲੋੜ ਹੈ। ਸੋ ਇਹ ਬਚਨ ਜਦੋਂ ਗੁਰੂ ਸਾਹਿਬ ਜੀ ਮਹਾਰਾਜ ਨੇ ਕੀਤਾ, ਸਾਰੇ ਸਨਾਟਾ ਛਾ ਗਿਆ। ਕਿਸੇ ਨੂੰ ਇਹ ਉਮੀਦ ਨਹੀਂ ਸੀ, ਗੁਰੂ ਬਖਸ਼ਿਸ਼ਾਂ ਕਰਦਾ ਹੈ, ਗੁਰੂ ਰਹਿਮਤਾਂ ਕਰਦਾ ਹੈ, ਗੁਰੂ ਸੇਵਾ ਲੈਂਦਾ ਹੈ, ਗੁਰੂ ਭੇਟਾਵਾਂ ਵੀ ਲੈਂਦਾ ਹੈ, ਅਤੇ ਅਨੇਕ ਤਰ੍ਹਾਂ ਦੀਆਂ ਭੇਟਾਵਾਂ ਸਿੱਖ ਕੋਈ ਮਾਇਆ, ਕੋਈ ਬਸਤਰ, ਕੋਈ ਘੋੜੇ, ਕੋਈ ਸ਼ਸਤਰ ਗੁਰੂ ਨੂੰ ਭੇਂਟ ਕਰਨ ਵਾਸਤੇ ਆਏ ਨੇ, ਪਰ ਅੱਜ ਤੱਕ ਆਸੀਸ ਦੀ ਭੇਂਟ ਨਾ ਕਿਸੇ ਪੀਰ ਰਹਿਬਰ ਨੇ ਮੰਗੀ, ਨਾ ਕਦੇ ਕਿਸੇ ਨੇ ਦਿੱਤੀ। ਆਖਣ ਲੱਗੇ ਇਹ ਅਨੋਖੀ ਭੇਂਟ ਗੁਰੂ ਸਾਹਿਬ ਜੀ ਮਹਾਰਾਜ ਨੇ ਮੰਗ ਲਈ ਹੈ, ਸਾਰੇ ਹੀ ਸਨਾਟਾ ਛਾ ਗਿਆ ਹੈ। ਹੁਣ ਜਿਸ ਵੇਲੇ ਗੁਰੂ ਸਾਹਿਬ ਜੀ ਮਹਾਰਾਜ ਨੇ ਇਹ ਮੰਗ ਕੀਤੀ ਹੈ,
ਤਾਂ ਸਾਧ ਸੰਗਤ ਜੀਓ ਸਾਰਿਆਂ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਾਹਮਣੇ ਇੱਕ ਵਾਰ ਗੁਰੂ ਸਾਹਿਬ ਜੀ ਨੇ ਮੰਗ ਕੀਤੀ, ਦੂਸਰੀ ਵਾਰ ਫਿਰ ਸ਼ੇਰ ਦੇ ਗਰਜਦੇ ਵਾਂਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ, ਕੋਈ ਨਾ ਉੱਠਿਆ। ਤੀਸਰੀ ਵਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਦੋਂ ਆਵਾਜ਼ਾਂ ਮਾਰਿਆ ਤਾਂ ਸਾਧ ਸੰਗਤ ਜੀਓ ਲਾਹੌਰ ਦੇ ਰਹਿਣ ਵਾਲਾ ਭਾਈ ਦਇਆ ਰਾਮ, ਜਿਨ੍ਹਾਂ ਨੂੰ ਦਇਆ ਸਿੰਘ ਦੇ ਨਾਲ ਆਪਾਂ ਜਾਣਦੇ ਹਾਂ, ਸਤਿਗੁਰਾਂ ਦੇ ਅੱਗੇ ਜਾ ਹਾਜ਼ਰ ਹੋਇਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਮੇਰਾ ਸ਼ੀਸ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੈ। ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਮੈਂ ਖੁਸ਼ੀ ਨਾਲ ਹਾਜ਼ਰ ਕਰ ਲਿਆ, ਅਸਲ ਦੇ ਵਿੱਚ ਇਹ ਮੇਰਾ ਹੈ ਨਹੀਂ, ਮੇਰਾ ਮੁਝਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਭਾਈ ਦਇਆ ਰਾਮ ਨੂੰ ਤੰਬੂ ਦੇ ਵਿੱਚ ਲੈ ਗਏ, ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਵੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜੋ ਸਤਿਗੁਰੂ ਜੀ ਦੀ ਰੋਜ਼ਾਨਾ ਡਾਇਰੀ ਗੁਹਜ ਕਥਾ ਹੈ, ਉਸ ਪੋਥੀ ਦੇ ਅਨੁਸਾਰ ਇਹ ਵਿਚਾਰ ਹੈ ਕਿ ਅੰਦਰ ਤੰਬੂ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੰਬੂ ਦੇ ਵਿੱਚ ਜਾ ਕਰਕੇ ਭਾਈ ਦਇਆ ਰਾਮ ਜੀ ਦਾ ਸਿਰ ਕੱਟ ਦਿੱਤਾ। ਸਿਰ ਕੱਟੇ ਜਾਣ ਦਾ ਖੜਾਕ ਸੰਗਤਾਂ ਦੇ ਵਿੱਚ ਵੀ ਸੁਣਿਆ। ਬਸ ਇਹੋ ਆਪਾਂ ਵਿਚਾਰ ਕਰਨੀ ਹੈ ਕਿ ਸਤਿਗੁਰੂ ਜੀ ਸਮਰੱਥ ਹਨ, ਉਹ ਮਾਰ ਵੀ ਸਕਦੇ ਹਨ, ਮਾਰ ਕੇ ਜਵਾਲ ਵੀ ਸਕਦੇ ਹਨ, ਪਰ ਕੁਝ ਨਿਸ਼ਰਧਕ ਲੋਕ ਜਿਨ੍ਹਾਂ ਦੀ ਗੁਰੂ 'ਤੇ ਸ਼ਰਧਾ ਨਹੀਂ, ਆਪਣੀ ਸ਼ਰਧਾ ਨਹੀਂ ਹੈ, ਅਤੇ ਉਹ ਗੁਰੂ ਨੂੰ ਆਮ ਇਨਸਾਨ ਸਮਝਦੇ ਨੇ, ਅਤੇ ਉਹ ਅੱਗੇ ਲੋਕਾਂ ਨੂੰ ਵੀ ਆਖਦੇ ਨਹੀਂ ਇੱਦਾਂ ਕਿੱਦਾਂ ਹੋ ਸਕਦਾ, ਕਿਉਂਕਿ ਆਪਣਾ ਭਰੋਸਾ ਨਹੀਂ, ਸ਼ਰਧਾ ਨਹੀਂ, ਦੂਸਰੇ ਦੀ ਵੀ ਸ਼ਰਧਾ ਤੋੜਦੇ ਨੇ। ਆਖਦੇ ਨੇ ਗੁਰੂ ਸਾਹਿਬ ਜੀ ਮਹਾਰਾਜ ਨੇ ਸੀਸ ਨਹੀਂ ਵੱਢਿਆ, ਉੱਥੇ 'ਤੇ ਪੰਜ ਬੱਕਰੇ ਬੰਨੇ ਹੋਏ ਸਨ, ਉਹਨਾਂ ਨੇ ਪੰਜਾਂ ਬੱਕਰਿਆਂ ਦੇ ਸਿਰ ਕੱਟੇ ਹਨ। ਤਾਂ ਇਸ ਗੱਲ 'ਤੇ ਆਪਾਂ ਵਿਚਾਰ ਕਰਨੀ ਹੈ। ਪਹਿਲਾਂ ਤਾਂ ਮੈਂ ਇਹ ਗੱਲ ਕਰਦਾ ਕਿ ਉਹਨਾਂ ਲੋਕਾਂ ਨੂੰ ਇਹ ਪੁੱਛਣਾ ਚਾਹੀਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੇ ਤੁਹਾਡੀ ਗੱਲ ਆਪਾਂ ਮੰਨ ਲਈਏ, ਮੰਨ ਲਓ ਦਾ ਭਾਵ ਇਹ ਹੁੰਦਾ ਹੈ ਕਿ ਜੇ ਆਪਾਂ ਮੰਨ ਕੇ ਤੁਰ ਲਈਏ, ਇੱਕ ਐਗਜ਼ਾਮਪਲ ਹੈ ਕਿ ਬੱਕਰੇ ਬੰਨੇ ਨੇ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ 'ਤੇ ਖਰੀਦ ਕਰਕੇ ਉਹ ਲਿਆਉਂਦੇ ਨਹੀਂ ਹੋਣਗੇ, ਜਾਂ ਫਿਰ ਆਪ 'ਤੇ ਲਿਆ ਕਰਕੇ ਤੰਬੂ ਦੇ ਵਿੱਚ ਬੰਨੇ ਨਹੀਂ ਹੋਣਗੇ, ਅਤੇ ਜੇ ਬੰਨੇ ਵੀ ਹੋਣਗੇ ਤਾਂ ਕਿਸੇ ਨੇ ਕਿਸੇ ਵੇਖੇ ਵੀ ਹੋਣਗੇ। ਅਤੇ ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਨਹੀਂ ਲਿਆਉਂਦੇ, ਤਾਂ ਫਿਰ ਤੰਬੂ ਦੇ ਵਿੱਚ ਉਹਨਾਂ ਨੂੰ ਬੰਨ੍ਹਣ ਵਾਸਤੇ ਕਿਸੇ ਮਸੰਦ ਦੇ ਪਾਸੋਂ ਜਾਂ ਕਿਸੇ ਸਿੱਖ ਦੇ ਪਾਸੋਂ ਉਹ ਖਰੀਦ ਕੇ ਲਿਆਉਂਦੇ ਹੀ ਹੋਣਗੇ, ਫਿਰ ਬੰਨੇ ਹੋਣਗੇ। ਅਤੇ ਫਿਰ ਜਦੋਂ ਗੁਰੂ ਸਾਹਿਬ ਜੀ ਮਹਾਰਾਜ ਸੀਸ ਦੀ ਮੰਗ ਕਰਦੇ ਨੇ, ਇਹਨਾਂ ਸਨਾਟਾ ਨਹੀਂ ਸੀਸ ਆਉਣਾ, ਜਦੋਂ ਗੁਰੂ ਸਾਹਿਬ ਜੀ ਮਹਾਰਾਜ ਨੇ ਸੀਸ ਦੀ ਮੰਗ ਕੀਤੀ, ਅਤੇ ਉਹ ਮਸੰਦ ਉਹ ਸਿੱਖ, ਜੇ ਆਪਾਂ ਮੰਨ ਲਈਏ ਕਿ ਗੁਰੂ ਸਾਹਿਬ ਜੀ ਨੇ ਬੱਕਰੇ ਬੰਨੇ, ਜਿਹਨੇ ਲਿਆਂਦੇ ਹੋਣਗੇ, ਉਹਨੇ ਤਾਂ ਉਸ ਵੇਲੇ ਉੱਠ ਕੇ ਖੜਾ ਹੋ ਜਾਣਾ ਸੀ ਕਿ ਅੰਦਰ 'ਤੇ ਬੱਕਰੇ ਨੇ, ਸਾਨੂੰ ਕਿਸ ਗੱਲ ਦਾ ਖਤਰਾ ਹੈ, ਇੱਦਾਂ ਗੁਰੂ ਸਾਹਿਬ ਜੀ ਮਹਾਰਾਜ ਨੇ ਬੱਕਰੇ ਦਾ ਸੀਸ ਵੱਢਣਾ, ਸਾਨੂੰ ਹੋਣਾ ਕੁਝ ਨਹੀਂ ਹੈ, ਖੜੇ ਕਿਉਂ ਨਾ ਹੋਏ, ਕਿਉਂਕਿ ਇੱਦਾਂ ਦੀ ਕੋਈ ਗੱਲਬਾਤ ਹੈ ਹੀ ਨਹੀਂ ਸੀ। ਦੂਸਰੀ ਗੱਲ, ਇੱਕ ਆਮ ਜੀ ਗੱਲ ਹੈ, ਪੰਜ ਬੱਕਰੇ ਇੱਕ ਥਾਂ 'ਤੇ ਬੰਨ ਦਿਓ, ਉਹਨਾਂ ਦੇ ਵਿੱਚੋਂ ਇੱਕ ਦਾ ਸਿਰ ਵੱਢ ਦਿਓ, ਬਾਕੀ ਤਾਂ ਮੈਂ ਕਰਦੇ ਰੌਲਾ ਪਾਉਣਗੇ ਉੱਥੇ, ਅਤੇ ਉਸੇ ਵੇਲੇ ਪਤਾ ਚੱਲ ਜਾਣਾ ਸੀ ਕਿ ਅੰਦਰ ਬੱਕਰੇ ਬੱਝੇ ਨੇ। ਫਿਰ ਗੁਰੂ ਸਾਹਿਬ ਜੀ ਮਹਾਰਾਜ ਸਿੱਖਾਂ ਨੂੰ ਖਾਲਸਾ ਪੰਥ ਸਜਾ ਕਰਕੇ
ਜਿਸ ਵੇਲੇ ਅੰਮ੍ਰਿਤ ਦੀ ਦਾਤ ਦੇ ਦਿੰਦੇ ਨੇ ਸਤਿਗੁਰੂ ਜੀ, ਉੱਥੋਂ ਚਾਲੇ ਮਾਰਦੇ ਨੇ ਅਤੇ ਫਿਰ ਉਹ ਬੱਕਰੇ ਭਾਈ ਗਏ ਕਿੱਥੇ? ਜਿਹੜੇ ਹੁਣ ਆਖਦੇ ਨੇ ਇਹਨਾਂ ਤੋਂ ਉਦੋਂ ਰੌਲਾ ਪਾ ਦੇਣਾ ਸੀ ਕਿ ਆਹ ਵੇਖੋ ਬੱਕਰੀ ਉੱਥੋਂ ਚੁੱਕ ਕਰਕੇ ਕਿਹੜਾ ਲੈ ਗਿਆ, ਉਦੋਂ ਕਿਉਂ ਨਾ ਵਿਖਾਲੇ ਕਿਸੇ ਨੇ। ਕਹਿਣ ਦਾ ਭਾਵ ਇਹ ਹੈ ਕਿ ਇਹ ਸਾਰਾ ਕੁਝ ਸਿੱਖਾਂ ਨੂੰ ਗੁਰੂ ਤੋਂ ਤੋੜਨ ਵਾਸਤੇ ਨਿਸ਼ਰਧਕ ਲੋਕਾਂ ਦੀਆਂ ਝੂਠੀਆਂ ਵਿਚਾਰਾਂ ਨੇ। ਹੁਣ ਇਹਨਾਂ ਦਾ ਆਪਾਂ ਇਤਿਹਾਸ ਅਤੇ ਗੁਰਬਾਣੀ ਦੇ ਅਨੁਸਾਰ ਵੀ ਜ਼ਿਕਰ ਕਰਨਾ ਹੈ। ਸੋ ਸਤ ਸੰਗਤ ਜੀਓ, ਆਪ ਜੀ ਹਿਸਾਬ ਲਾਓ ਕਿ ਜੇਕਰ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀਨ ਦੁਨੀਆ ਦੇ ਮਾਲਕ ਰਹਿ ਪਰ ਪੀਰ ਜਿਨ੍ਹਾਂ ਵਰਗਾ ਹੋਰ ਦੂਸਰਾ ਹੈ ਕੋਈ ਨਹੀਂ, ਉਹ ਇਹਦੇ ਛਲੀਏ ਹੋਣ, ਇਹਨੇ ਫਲ ਫਰੇਬ ਕਰਨ ਵਾਲੇ ਹੋਣ, ਤੰਬੂ ਦੇ ਵਿੱਚ ਲੈ ਜਾਣ ਬੱਕਰੇ ਅਤੇ ਆਖਣ ਕਿ ਮੈਂ ਸਿੱਖਾਂ ਨੂੰ ਵਢਿਆ ਹੈ, ਉਹਨਾਂ ਨੂੰ ਦੁਬਾਰਾ ਜਿਉਂਦਾ ਕਰ ਦਿੱਤਾ ਹੈ, ਅਤੇ ਫਿਰ ਗੁਰੂ ਸਾਹਿਬ ਜੀ ਮਹਾਰਾਜ ਜੀ ਦਾ ਆਪਣਾ ਪੁੱਤਰ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਸਾਹਿਬਜ਼ਾਦੇ ਉਹ ਆਪ ਸ਼ਹੀਦੀਆਂ ਕਿਉਂ ਦੇਣ ਉਹਨਾਂ ਨੂੰ? ਅਤੇ ਇਸ ਗੱਲ ਦੀ ਜੋ ਕੌਮ ਵਾਸਤੇ ਖਤਮ ਹੋ ਜਾਣਾ ਮਰ ਜਾਣਾ ਉਹ ਸਿੱਖਿਆ ਹੀ ਨਹੀਂ ਸੀ ਆਉਣੀ, ਉਹ ਤਾਂ ਗੁਰੂ ਸਾਹਿਬ ਜੀ ਮਹਾਰਾਜ ਨੇ ਮੁੱਢ ਤੋਂ ਦਿੱਤੀ ਹੈ। ਗੁਰੂ ਸਾਹਿਬ ਜੀ ਮਹਾਰਾਜ ਜੀ ਦਾ ਖਾਲਸਾ ਸੀਸ ਤਲੀ 'ਤੇ ਰੱਖ ਕਰਕੇ 3 ਮੀਲ ਤੱਕ ਤੁਰ ਸਕਦਾ ਹੈ, ਉਹ ਤਾਕਤ ਕਿੱਥੋਂ ਆਈ? ਉਹ ਗੁਰੂ ਦੇ ਬਚਨ ਨੇ, ਉਹ ਗੁਰੂ ਦੀ ਕਹਿਣੀ ਅਤੇ ਕਰਨੀ ਦੇ ਵਿੱਚ ਪੂਰਨ ਸਿੱਖ ਨੇ, ਅਤੇ ਗੁਰੂ ਵੀ ਕਹਿਣੀ ਅਤੇ ਕਰਨੀ ਦੇ ਵਿੱਚ ਪੂਰਾ ਹੈ। ਛੋਟੇ ਸਾਹਿਬਜ਼ਾਦੇ ਜੇ ਉਹਨਾਂ ਦੀ ਗੱਲ ਕੀਤੀ ਜਾਵੇ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ 7 ਕੁ ਸਾਲ ਦੀ ਕਿੰਨੀ ਕੁ ਉਮਰ ਆ, ਕੰਧ ਦੇ ਵਿੱਚ ਖਲੋ ਕੇ ਕਦੀ ਨਾ ਕਹਿੰਦੇ ਕਿ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ, ਕਿਉਂਕਿ ਉਹ ਜਿਹਦਾ ਬਾਪ ਸਲੀਆ ਹੋਵੇ ਉਹਨਾਂ ਦੇ ਵਿੱਚ ਇੱਦਾਂ ਮਰਨ ਦਾ ਜਜ਼ਬਾ ਨਹੀਂ ਆ ਸਕਦਾ। ਕੇਵਲ ਉਸੇ ਗੁਰੂ ਦਾ ਪੁੱਤ ਇੱਦਾਂ ਕਹਿ ਸਕਦਾ ਹੈ ਜਿਸ ਗੁਰੂ ਨੇ ਜੈਸਾ ਬਚਨ ਮੁੱਖ ਤੋਂ ਕੀਤਾ ਉੱਦਾਂ ਹੀ ਪੂਰਾ ਕਰ ਦਿੱਤਾ। ਤਾਂ ਹੁਣ ਗੁਰਬਾਣੀ ਦੇ ਅਨੁਸਾਰ ਆਪਾਂ ਸਪਸ਼ਟੀਕਰਨ ਲਈਏ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਧੁਰਕੀ ਬਾਣੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਦਰਜ ਹੈ ਉਹ ਕੀ ਆਖਦੀ ਹੈ ਕਿ ਸਤਿਗੁਰੂ ਜੀ ਮਾਰ ਕਰਕੇ ਇੱਕ ਵਾਰ ਮਾਰ ਕੇ ਦੋਹਰੇ ਜਵਾ ਸਕਦੇ ਨੇ, ਗੁਰੂ ਸਮਰੱਥ ਹੈ? ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਭੈਰੋਂ ਰਾਗ ਦੇ ਵਿੱਚ ਸ਼ਬਦ ਆਉਂਦਾ ਹੈ ਸਤਿਗੁਰ ਮੇਰਾ ਮਾਰਜ ਵਾਲੇ ਮਹਾਰਾਜ, ਤੇ ਆਖਦੇ ਨੇ ਕਿ ਹਾਂ ਮੇਰਾ ਜੋ ਸਤਿਗੁਰੂ ਹੈ ਉਹ ਮਾਰ ਕਰਕੇ ਜਵਾ ਸਕਦਾ ਹੈ। ਹੁਣ ਭਾਈ ਇੱਥੇ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਗੁਰੂ ਸਾਹਿਬ ਜੀ ਮਹਾਰਾਜ ਵੀ ਝੂਠੇ ਆ, ਇੱਦਾਂ ਕਿੱਦਾਂ ਹੋ ਸਕਦਾ? ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਅਤੇ ਸੰਗਤਾਂ ਰੋਜ਼ਾਨਾ ਹੀ ਜਾਪ ਵੀ ਕਰਦੀਆਂ ਨੇ ਸੁਣਦੀਆਂ ਨੇ, ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀਆਂ ਪੰਕਤੀਆਂ ਹਨ, ਮ੍ਰਿਤਕ ਕਹੋ ਜਿਵਾਲਨ ਹਾਰ, ਭੁੱਖੇ ਕਹੋ ਦੇਵਤੇ ਆਧਾਰੋ, ਪਰਮੇਸ਼ਰ ਮਰਿਆਂ ਨੂੰ ਜਵਾਲਣ ਵਾਲਾ ਹੈ, ਜਵਾਲ ਸਕਦਾ ਹੈ, ਅਤੇ ਗੁਰੂ ਮਹਾਰਾਜ ਜੀ ਤੇ ਆਪ ਨਰਾਇਣ ਕਲਾਧਾਰ ਜਗਮੈਂ ਪਰਵਰੇ, ਉਹ ਜੋਤ ਅੱਗੇ ਤੱਕ ਤੁਰੀ ਆ ਰਹੀ ਹੈ ਉਹ ਮ੍ਰਿਤਕ ਨੂੰ ਜਿਉਂਦਾ ਕਰਨ ਦੇ ਸਮਰੱਥ ਹਨ, ਭੁੱਖੇ ਕਹੋ ਦੇਵਤੇ ਆਧਾਰ, ਭੁੱਖਿਆਂ ਨੂੰ ਆਧਾਰ ਦੇਣ ਵਾਲਾ ਹੈ। ਇੱਥੇ ਨਹੀਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸੋਰਠ ਰਾਗ ਦੇ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਬਦ ਹੁੰਦਾ ਆਪਾਂ ਪੜ੍ਹਦੇ, ਮ੍ਰਿਤਕ ਕਹੋ ਪਾਇਓ ਤਨ ਸਾਸਾ ਬਿਸ਼ਰਤ ਗਿਆਨ ਮਿਲਾਇਆ, ਪਸ਼ੂ ਪ੍ਰੇਤ ਮੁਗਧ ਪੈ ਸਰੋਤੇ, ਹਰ ਨਾਮਾ ਮੁੱਖ ਗਾਇਆ, ਪੂਰੇ ਗੁਰ ਕੀ ਦੇਖ ਵਡਾਈ ਤਾਕੀ ਕੀਮਤ, ਕਹਿਣ ਨਾ ਜਾਈ ਵੀ ਕੀਮਤ ਨਹੀਂ ਕਹੀ ਜਾ ਸਕਦੀ। ਗੁਰਬਾਣੀ ਦੇ ਇਹ ਸਪਸ਼ਟੀਕਰਨ ਜੇ ਇਤਿਹਾਸ ਦੇ ਵਿੱਚੋਂ ਵਿਚਾਰਾਂ ਲਈਏ,
ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਪਹਿਲੇ ਪਾਤਸ਼ਾਹ ਦਿੱਲੀ ਪਹੁੰਚੇ ਨੇ। ਦਿੱਲੀ ਗਏ, ਸਿਕੰਦਰ ਲੋਧੀ ਦਾ ਹਾਥੀ ਮਰ ਗਿਆ। ਮਹਾਵਤ ਨੇ ਆ ਕੇ ਬੇਨਤੀ ਕੀਤੀ, ਸਤਿਗੁਰੂ ਜੀ ਕਿਰਪਾ ਕਰੋ, ਹਾਥੀ ਨੂੰ ਜਿੰਦਾ ਕਰ ਦਿਓ। ਮਰਿਆ ਤਾਂ ਇਸ ਮਹਾਵਤ ਦਾ ਹਾਥੀ ਸਮਝੋ, ਕਿਉਂਕਿ ਸਿਕੰਦਰ ਲੋਧੀ ਦੇ ਇਸ ਹਾਥੀ ਦੀ ਸੇਵਾ ਕਰਨ ਕਰਕੇ ਮੇਰੀ ਉਪਜੀਵਿਕਾ ਚੱਲਦੀ ਹੈ, ਅਤੇ ਜੇ ਹਾਥੀ ਮਰ ਗਿਆ ਮੇਰੀ ਨੌਕਰੀ ਗਈ, ਮੈਂ ਕਿਸ ਤਰ੍ਹਾਂ ਪ੍ਰਸ਼ਾਦਾ ਪਾਣੀ ਛਕਾਂਗਾ, ਕਿਰਪਾ ਕਰੋ ਹਾਥੀ ਜਿਉਂਦਾ ਕਰ ਦਿਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੀ ਬੇਨਤੀ ਪ੍ਰਵਾਨ ਕੀਤੀ, ਉਹਦੀ ਨਿਰਮਾਣਤਾ ਨੂੰ ਵੇਖ ਕੇ ਕਿਰਪਾ ਦ੍ਰਿਸ਼ਟੀ ਦੇ ਨਾਲ ਹਾਥੀ ਦੇ ਵੱਲ ਤੱਕਿਆ ਅਤੇ ਮਰਿਆ ਹਾਥੀ ਜਿਉਂਦਾ ਹੋ ਗਿਆ। ਸਾਰੇ ਹੈਰਾਨ ਹੋ ਗਏ। ਕਾਜੀ ਨੇ ਤਰਕ ਮਾਰੀ ਉੱਥੇ, ਕਹਿੰਦਾ ਜੇ ਤੁਹਾਡੀ ਸ਼ਕਤੀ ਦੇ ਨਾਲ ਜਿਉਂਦਾ ਹੋਇਆ ਤਾਂ ਹੁਣ ਮਾਰ ਕੇ ਵਿਖਾਓ। ਮਹਾਰਾਜ ਕਹਿਣ ਲੱਗੇ, ਭਾਈ ਜੇ ਅਕਾਲ ਪੁਰਖ ਨੂੰ ਭਾਵੇਗਾ ਤਾਂ ਮਰ ਜਾਏਗਾ, ਇਹ ਬਚਨ ਹੋਇਆ ਅਤੇ ਹਾਥੀ ਫੇਰ ਮਰ ਗਿਆ। ਮਹਾਵਤ ਨੇ ਬੇਨਤੀ ਕੀਤੀ, ਸਤਿਗੁਰੂ ਜੀ ਇਹ ਕਾਜੀ ਦੀ ਪਰਖ ਦੇ ਵਿੱਚ ਫਿਰ ਰਗੜਿਆ ਅਤੇ ਵਿਚਾਰਾ ਗਰੀਬ ਮਹਾਵਤ ਗਿਆ, ਮੇਰਾ ਕੀ ਹੋਏਗਾ? ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਖਿਆ ਕਿ ਚਿੰਤਾ ਨਾ ਕਰ, ਉਹ ਹਾਥੀ ਫਿਰ ਜਿਉਂਦਾ ਹੋ ਗਿਆ। ਸਤਿਗੁਰੂ ਜੀ ਮਾਰ ਵੀ ਸਕਦੇ ਨੇ, ਜਵਾਲ ਵੀ ਸਕਦੇ ਨੇ, ਇਹ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦੇ ਇਤਿਹਾਸ ਦੇ ਵਿੱਚੋਂ ਸਪਸ਼ਟੀਕਰਨ ਹੈ। ਇਸ ਤੋਂ ਅੱਗੇ ਜੇ ਤੀਸਰੇ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜਦੋਂ ਤੀਸਰੇ ਜਾਮੇ ਦੇ ਵਿੱਚ ਜੋਤ ਨੂੰ ਪ੍ਰਵੇਸ਼ ਕਰਦੇ ਨੇ, ਉਸ ਵੇਲੇ ਦੀ ਸਾਖੀ ਇਤਿਹਾਸ ਗਵਾਹ ਹੈ। ਤਈਆ ਤਾਪ ਇੱਕ ਮਾਈ ਦੇ ਲੜਕੇ ਨੂੰ ਚੜ੍ਹਿਆ, ਸਿੱਖਾਂ ਨੇ ਆ ਕਰਕੇ ਬੇਨਤੀ ਕੀਤੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਤਾ ਇੱਕ ਵਿਰਲਾਪ ਕਰ ਰਹੀ, ਸਤਿਗੁਰੂ ਜੀ ਆਖਦੇ ਜਾਓ ਪਤਾ ਕਰਕੇ ਉਹ ਕਿਉਂ ਕਰ ਰਹੀ ਹੈ। ਤਾਂ ਸਿੱਖਾਂ ਨੇ ਆਖਿਆ ਕਿ ਇਸ ਮਾਈ ਦੇ ਬੱਚੇ ਨੂੰ ਤਈਆ ਤਾਪ ਚੜ੍ਹ ਗਿਆ, ਇਸ ਕਰਕੇ ਇਹਦਾ ਬੱਚਾ ਸ਼ਾਂਤ ਹੋ ਗਿਆ, ਮਰ ਗਿਆ ਹੈ। ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣੇ ਬਚਨਾਂ ਅਨੁਸਾਰ ਉਸ ਮਾਈ ਦੇ ਬੇਟੇ ਨੂੰ ਜਿਉਂਦਾ ਕੀਤਾ, ਅਤੇ ਇਹ ਵੀ ਬਚਨ ਉੱਥੇ ਕਰ ਦਿੱਤਾ ਕਿ ਜਦੋਂ ਤੱਕ ਅਸੀਂ ਗੋਇੰਦਵਾਲ ਸਾਹਿਬ ਵਿੱਚ ਸਰੀਰ ਕਰਕੇ ਰਹਾਂਗੇ, ਕੋਈ ਵੀ ਪੁੱਤਰ ਆਪਣੀ ਮਾਤਾ ਦੇ ਸਾਹਮਣੇ ਨਹੀਂ ਮਰੇਗਾ। ਤਾਂ ਫਿਰ ਜਦੋਂ ਤੱਕ ਸਤਿਗੁਰੂ ਨੇ ਗੁਰਤਾ ਗੱਦੀ 'ਤੇ ਵਿਰਾਜਮਾਨ ਹੋ ਕਰਕੇ ਗੋਇੰਦਵਾਲ ਸਾਹਿਬ ਦੇ ਵਿੱਚ ਰਹਿਣਾ ਕੀਤਾ, ਮਨੁੱਖ 'ਤੇ ਕੀ ਕੋਈ ਪਸ਼ੂ ਪੰਛੀ ਵੀ ਜਿਹੜਾ ਹੈ ਉਹ ਨਹੀਂ ਮਰਿਆ। ਇਹ ਗੁਰੂ ਸਮਰੱਥ ਹੈ, ਗੁਰੂ ਸਭ ਕੁਝ ਕਰ ਸਕਦਾ ਹੈ। ਫਿਰ ਆਪਾਂ ਹੋਰ ਇਤਿਹਾਸਕ ਸਾਖੀਆਂ ਪੜ੍ਹਦੇ ਹਾਂ। ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਜੇ ਜੀਵਨ ਦੇ ਵਿੱਚੋਂ ਆਪਾਂ ਪ੍ਰਮਾਣ ਦਈਏ, ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਲਾਹੌਰ ਦੇ ਵਿੱਚ ਸੰਮਣ ਮੁੱਸਣ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਸਿੱਖ ਨੇ, ਪਿਓ ਪੁੱਤਰ ਨੇ ਦੋਵੇਂ, ਗੁਰੂ ਸਾਹਿਬ ਜੀ ਮਹਾਰਾਜ ਜੀ ਦਾ ਸੰਗਤ ਦਾ ਪ੍ਰਸ਼ਾਦਾ ਕਰਦੇ ਨੇ, ਸਤਿਗੁਰੂ ਜੀ ਜਾਣਾ ਕਰਦੇ ਨੇ। ਜਿੱਥੇ ਕਿ ਸ਼ਾਹੂਕਾਰ ਨੇ ਸੌਦਾ ਦੇਣ ਤੋਂ ਇਨਕਾਰ ਕਰ ਦਿੱਤਾ, ਉੱਥੇ ਇਤਿਹਾਸਕ ਇਹ ਸਾਖੀ ਹੈ ਕਿ ਪੁੱਤਰ ਨੂੰ ਆਪਣੇ ਹੱਥਾਂ ਦੇ ਨਾਲ ਪਿਤਾ ਨੇ ਜੋ ਹੈ ਉਹ ਦੁਕਾਨ ਦੇ ਵਿੱਚੋਂ ਸੌਦਾ ਕੱਢਦਾ ਫੜਿਆ ਨਾ ਜਾਵੇ, ਗਲਾ ਕੱਟ ਦਿੱਤਾ, ਖਤਮ ਕਰ ਦਿੱਤਾ ਅਤੇ ਆਪਣੇ ਘਰ ਦੇ ਵਿੱਚ ਲਾਸ਼ ਨੂੰ ਲੰਮੇ ਪਾਇਆ ਹੈ, ਸੀਸ ਧੜ ਤੋਂ ਅਲੱਗ ਹੈ। ਜਿਸ ਵੇਲੇ ਸੰਗਤ ਜਾਂਦੀ ਹੈ, ਸੇਵਾ ਕਰਦਾ ਹੈ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਣ ਲੱਗੇ ਕਿ ਜਦੋਂ ਸੱਦਾ ਦੇਣ ਵਾਸਤੇ ਗਏ ਸੀ, ਪਿਓ ਪੁੱਤਰ ਦੋਨੋਂ ਗਏ ਸੀ, ਅਤੇ ਹੁਣ ਤੂੰ ਇਕੱਲਾ ਏ, ਅਤੇ ਆਖਣ ਲੱਗਾ ਸਤਿਗੁਰੂ ਜੀ ਉਹ ਅੰਦਰ ਸੁੱਤਾ ਹੈ, ਆਵਾਜ਼ ਨਹੀਂ ਦਿੰਦਾ, ਜੇ ਤੁਸੀਂ ਆਵਾਜ਼ ਮਾਰੋ ਤਾਂ ਸ਼ਾਇਦ ਆ ਜਾਵੇ। ਗੁਰੂ ਅਰਜਨ ਦੇਵ ਜੀ ਮਹਾਰਾਜ ਆਵਾਜ਼ ਮਾਰਦੇ ਨੇ ਤਾਂ ਉਸ ਵੇਲੇ
ਉਹ ਮਰਿਆ ਹੋਇਆ ਪੁੱਤਰ ਜੋ ਹੈ ਉਹ ਬਾਹਰ ਆ ਗਿਆ, ਉੱਠ ਕਰਕੇ ਸਤਿਗੁਰੂ ਜੀ ਜਵਾਲ ਸਕਦੇ ਨੇ। ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਸਮੇਂ ਦੀ ਜੇ ਗੱਲ ਕੀਤੀ ਜਾਵੇ, ਸਾਹਿਬਜ਼ਾਦਾ ਬਾਬਾ ਅਟਲ ਰਾਏ ਜੀ ਅੰਮ੍ਰਿਤਸਰ ਦੇ ਵਿੱਚ ਬੱਚਿਆਂ ਦੇ ਨਾਲ, ਆਪਣੇ ਬਾਲਕਾਂ ਦੇ ਨਾਲ ਖੇਡ ਰਹੇ ਨੇ। ਜਿਸ ਵੇਲੇ ਖੇਡ ਰਹੇ ਨੇ ਅਤੇ ਖੁੰਡੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਬਾਬਾ ਅਟਲ ਰਾਏ ਦੇ ਹੱਥ ਦੇ ਵਿੱਚ ਆ, ਉਹਨਾਂ ਦਾ ਸਾਥੀ ਮੋਹਨ ਜਿਹਦੇ ਵਾਰੀ ਆਈ ਹੈ, ਅਤੇ ਮੋਹਨ ਘਰ ਨੂੰ ਚਲਾ ਗਿਆ। ਮੋਹਨ ਜੋ ਹੈ ਉਹ ਸਮਾਂ ਆਇਆ, ਚੜ੍ਹਾਈ ਕਰ ਗਿਆ, ਅਗਲਾ ਦਿਨ ਗਿਆ। ਸਤਿਗੁਰੂ ਜੀ ਆਖਣ ਲੱਗੇ ਵਾਰੀ ਦੇਣ ਦਾ ਮਾਰਾ ਨਹੀਂ ਉੱਠਦਾ, ਭਾਈ ਚੱਲ ਉੱਠ ਆਪਣੀ ਵਾਰੀ ਦੇ ਚੱਲ ਕਰਕੇ। ਸਤਿਗੁਰਾਂ ਨੇ ਮੋਹਨ ਨੂੰ ਜਿਉਂਦਾ ਕਰ ਦਿੱਤਾ। ਸਾਹਿਬਜ਼ਾਦੇ ਬਾਬਾ ਅਟਲ ਰਾਏ ਨੇ ਸਤਿਗੁਰਾਂ ਦੇ ਸਾਹਿਬਜ਼ਾਦੇ ਨੇ। ਸੋ ਇਸੇ ਤਰ੍ਹਾਂ ਹੋਰ ਵੇਖਿਆ ਜਾਵੇ ਤਾਂ ਬਾਬਾ ਗੁਰਦਿੱਤਾ ਜੀ ਨੇ ਕੀਰਤਪੁਰ ਦੇ ਵਿੱਚ ਮਰੀ ਗਊ ਜਿਉਂਦੀ ਕੀਤੀ। ਇੱਕ ਨਹੀਂ ਅਤੇ ਛੋਟੀਆਂ ਡੂੰਘ ਮਾਤਰ ਇਤਿਹਾਸ ਦੇ ਵਿੱਚੋਂ ਵਿਚਾਰਾਂ ਲਈਆਂ ਨੇ। ਅਨੇਕਾਂ ਹੀ ਐਸੀਆਂ ਵਿਚਾਰਾਂ ਹਨ ਜੋ ਇਸ ਗੱਲ ਨੂੰ ਸਾਬਤ ਕਰਦੀਆਂ ਹਨ ਕਿ ਸਤਿਗੁਰੂ ਜੀ ਸਮਰੱਥ ਹਨ, ਸਤਿਗੁਰੂ ਜੀ ਮਾਰਨ ਵਾਸਤੇ ਵੀ ਅਤੇ ਜਿਉਂਦਾ ਕਰਨ ਵਾਸਤੇ ਵੀ ਕਿਸੇ ਤੋਂ ਆਗਿਆ ਨਹੀਂ ਲੈਂਦੇ, ਉਹ ਸਰਬ ਕਲਾ ਸਮਰੱਥ ਹਨ। ਇਸ ਕਰਕੇ ਇਸ ਵੀਡੀਓ ਰਾਹੀਂ ਆਪਾਂ ਇਹੋ ਹੀ ਦੱਸਣ ਦਾ ਯਤਨ ਕਰਦੇ ਹਾਂ ਕਿ ਕਿਸੇ ਵੀ ਨਿਸ਼ਰਧਕ ਜਾਂ ਗੁਰੂ ਤੋਂ ਟੁੱਟੇ ਹੋਏ ਦੇ ਮਗਰ ਲੱਗ ਕੇ, ਗੁਰੂ 'ਤੇ ਤਰਕ ਕਰਕੇ ਆਪਣਾ ਜਨਮ ਜੋ ਹੈ ਉਹ ਭ੍ਰਿਸ਼ਟ ਨਾ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜੀਵਨ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਰ ਦਿੱਤਾ, ਨਾ ਤਾਂ ਉਹਦੇ ਵਿੱਚ ਕੋਈ ਕਿੰਤੂ ਪਰੰਤੂ ਕਰਨੀ ਬਣਦੀ ਹੈ, ਅਤੇ ਨਾ ਹੀ ਸਾਡਾ ਜੀਵਨ ਉਨਾ ਵੱਡਾ ਹੈ ਕਿ ਆਪਾਂ ਉੱਤੇ ਕਿੰਤੂ ਪਰੰਤੂ ਕਰੀਏ। ਹਾਂ, ਸਤਿਗੁਰੂ ਦੇ ਚਲਾਏ ਹੋਏ ਪੂਰਨਿਆਂ 'ਤੇ ਗੁਰੂ ਦੀ ਮਰਿਆਦਾ ਵਿੱਚ ਰਹਿ ਕਰਕੇ, ਜਿਸ ਤਰ੍ਹਾਂ ਗੁਰੂ ਦੇ ਸਿੱਖ ਗੁਰੂ ਦੇ ਚਲਾਏ ਰਸਤੇ 'ਤੇ ਚੱਲ ਕਰਕੇ ਤਰ ਗਏ, ਆਪਾਂ ਗੁਰੂ ਦੇ ਬਚਨਾਂ 'ਤੇ ਮਨ ਕਰਕੇ ਆਪਣਾ ਜਨਮ ਜ਼ਰੂਰ ਸਫਲਾ ਕਰ ਸਕਦੇ ਹਾਂ। ਫਿਰ ਸਾਡੇ ਇਹ ਵਿਸਾਖੀ ਦੇ ਦਿਹਾੜੇ ਮਨਾਏ, ਇਹ ਲੰਗਰ ਲਾਏ, ਇਹ ਸੇਵਾਵਾਂ ਕੀਤੀਆਂ ਸਫਲ ਨੇ, ਕੋਈ ਵਚਨ ਵਾਧਾ ਘਾਟਾ ਹੋ ਗਿਆ ਹੋਵੇ, ਆਪ ਜੀ ਸਾਧ ਸਿੰਘ ਜੀ ਬਖਸ਼ਣਯੋਗ ਹੋ, ਬਖਸ਼ ਲੈਣਾ ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਬਖਸ਼ ਲੈਣ। ਸੋ ਇਸੇ ਤਰ੍ਹਾਂ ਹੋਰ ਇਤਿਹਾਸਿਕ ਵਿਚਾਰਾਂ ਸ਼੍ਰਵਣ ਕਰਨ ਵਾਸਤੇ ਸਾਡਾ ਯੂਟਿਊਬ ਚੈਨਲ ਭਾਈ ਮਨਜੀਤ ਸਿੰਘ ਜੀ ਸਾਧਪੁਰ ਵਾਲੇ ਸਬਸਕ੍ਰਾਈਬ ਕਰੋ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸੰਗਤਾਂ ਨੂੰ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ, ਹੋਰ ਸੰਗਤਾਂ ਤੱਕ ਵੀਡੀਓ ਸ਼ੇਅਰ ਜ਼ਰੂਰ ਕਰੋ, ਅਤੇ ਆਪਣੇ ਵਿਚਾਰ ਕਮੈਂਟਾਂ ਨੇ ਜ਼ਰੂਰ ਦੱਸਣ ਮਹਾਰਾਜ ਕਿਰਪਾ ਕਰਨ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।